ਇਹ ਬੱਚਾ ਹੈ ਸਤੀਸ਼, ਜੋ ਆਪਣੀ ਗਾਇਕੀ ਨਾਲ ਹਰ ਕਿਸੇ ਨੂੰ ਹੈਰਾਨ ਕਰ ਰਿਹਾ ਹੈ। ਸਤੀਸ਼ ਦੀ ਆਵਾਜ਼ ਇੰਨੀ ਸੁਰੀਲੀ ਹੈ ਕਿ ਕੋਈ ਵੀ ਇਨਸਾਨ ਉਸਦੀ ਆਵਾਜ਼ ਵਿੱਚ ਗੀਤ ਸੁਣੇ ਬਿਨਾਂ ਰਹਿ ਹੀ ਨਹੀਂ ਸਕਦਾ। ਇਹ ਬੱਚਾ ਜ਼ਿਲ੍ਹਾ ਫਿਰੋਜ਼ਪੁਰ ਦੇ ਤਲਵੰਡੀ ਭਾਈ ਦਾ ਰਹਿਣ ਵਾਲਾ ਹੈ। ਕੱਦ ਬੇਸ਼ੱਕ ਛੋਟਾ ਹੈ, ਪਰ ਆਪਣੀ ਸੂਫੀ ਗਾਇਕੀ ਨਾਲ ਇਹ ਬੱਚਾ ਹਰ ਕਿਸੇ ਨੂੰ ਹੈਰਾਨ ਕਰ ਰਿਹਾ ਹੈ। ਸਤੀਸ਼ ਦੇ ਪਿਤਾ ਦਾ ਕਹਿਣਾ ਹੈ ਕਿ ਬੇਸ਼ੱਕ ਉਸਦਾ ਕੱਦ ਛੋਟਾ ਹੈ, ਪਰ ਫਿਰ ਵੀ ਮੈਂ ਪਰਮਾਤਮਾ ਦਾ ਸ਼ੁਕਰਗੁਜ਼ਾਰ ਹਾਂ ਕਿ ਇਹ ਬੱਚੇ ਨੇ ਮੇਰੇ ਘਰ ਜਨਮ ਲਿਆ। ਮੇਰਾ ਨਾਮ ਹੈ ਸਲੀਮ ਸਾਬਰੀ ਔਰ ਸਭ ਤੋਂ ਪਹਿਲਾਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਜਿਵੇਂ ਕਿ ਤੁਹਾਡਾ ਬੇਟਾ ਗਾਉਂਦਾ ਹੈਗਾ, ਅਤੇ ਕਿੰਨਾ ਕੁ ਟਾਈਮ ਹੋ ਗਿਆ ਇਹਨੂੰ ਗਾਉਂਦੇ ਨੂੰ? ਇਹ ਜੀ ਬੱਚਾ ਹਾਲੇ ਸਿੱਖ ਰਿਹਾ ਔਰ ਤਕਰੀਬਨ ਕੋਈ ਸਾਲ 6 ਮਹੀਨੇ ਹੋਇਆ, ਔਰ ਮੇਰੇ ਨਾਲ ਹੀ ਪ੍ਰੋਗਰਾਮਾਂ 'ਤੇ ਜਾਂਦਾ। ਥੋੜ੍ਹਾ ਬਹੁਤ ਇਹਦਾ ਵੀ ਮੈਂ ਟਾਈਮ ਲਵਾ ਦਿੰਦਾ ਇੱਕ ਦੋ ਗਾਣੇ ਦਾ। ਠੀਕ ਹੈ ਜੀ। ਅਤੇ ਜਿਵੇਂ ਕਿ ਸਾਰੇ ਦੀ ਉਮਰ ਹੈ ਮੁੰਡੇ ਦੀ, ਅਤੇ ਹਾਈਟ ਹੈ, ਜਿਵੇਂ ਛੋਟੀ ਉਮਰੇ ਵੱਡੀਆਂ ਬੁਲੰਦੀਆਂ ਛੂਹਣ ਦੀ ਕੋਸ਼ਿਸ਼ ਕਰ ਰਿਹਾ, ਅਤੇ ਤੁਹਾਨੂੰ ਕਿਵੇਂ ਦਾ ਮਹਿਸੂਸ ਹੋ ਰਿਹਾ ਸਰ? ਜੀ ਬਹੁਤ ਅੱਛਾ ਲੱਗ ਰਿਹਾ ਹੈ। ਇਹ ਜਿੰਨੀ ਵੀ ਜਿਹੜੇ ਪਿਆਰ ਭਰੇ ਜਿਹੜੇ ਸਰੋਤੇ ਹੈ ਸਾਡੇ, ਅੱਛੇ ਪਿਆਰ ਦੇਣ ਵਾਲੇ ਔਰ ਮੁਹੱਬਤ ਬਖਸ਼ਣ ਵਾਲੇ ਹੈ, ਇਹਨਾਂ ਦੀ ਬਦੌਲਤ ਬੜੀ ਖੁਸ਼ੀ ਵੀ ਹੋ ਰਹੀ ਹੈ ਔਰ ਅੱਛਾ ਲੱਗ ਰਿਹਾ ਹੈ। ਔਰ ਗੱਲ ਕਰੀਏ ਹਾਈਟ ਦੀ, ਹਾਈਟ ਜਿਹੜੀ ਛੋਟੀ ਹੈ ਦੀ, ਇਹ ਕੁਦਰਤ ਵੱਲੋਂ ਹੀ ਹੈ, ਕੁਦਰਤ ਵੱਲੋਂ ਹੀ ਹੈ, ਔਰ ਬਾਕੀ ਮੈਨੂੰ ਕੋਈ ਗਿਲਾ ਨਹੀਂ ਹੈ। ਔਰ ਜੇ ਮਾਲਕ ਨੇ ਇਹਨੂੰ ਹਾਈਟ ਛੋਟੀ ਦਿੱਤੀ ਹੈ, ਤਾਂ ਪਰਮਾਤਮਾ ਇਹਦੇ 'ਚ ਐਸਾ ਗੁਣ ਪਾ ਦਿੱਤਾ ਹੈ ਇਹ, ਜਿਹਦੇ ਨਾਲ ਸਾਨੂੰ ਵੀ ਨਹੀਂ ਕੋਈ ਮਹਿਸੂਸ ਹੁੰਦਾ ਵੀ ਇਹਦੀ ਕੋਈ ਹਾਈਟ ਛੋਟੀ ਰਹਿ ਗਈ ਹੈ, ਔਰ ਜਾਂ ਕੋਈ ਸਾਨੂੰ ਕੋਈ ਕਿਸੇ ਗੱਲੋਂ ਤਕਲੀਫ ਹੁੰਦੀ ਹੈ, ਔਰ ਨਾ ਹੀ ਇਹਨੂੰ ਕੋਈ ਪ੍ਰੋਬਲਮ ਹੈ, ਕੋਈ ਬਿਮਾਰੀ ਵਗੈਰਾ ਕੁਝ ਵੀ ਨਹੀਂ ਹੈ। ਇਹ ਬਸ ਇਹ ਪਰਮਾਤਮਾ ਵੱਲੋਂ ਹੀ ਹੈ, ਹਾਈਟ ਛੋਟੀ ਹੈ, ਔਰ ਮੈਂ ਫਿਰ ਵੀ ਮਾਲਕ ਦਾ ਬੜਾ ਸ਼ੁਕਰਗੁਜ਼ਾਰ ਹਾਂ ਕਿ ਮੈਂ ਆਪਣੇ ਆਪ ਨੂੰ ਖੁਸ਼ ਨਸੀਬ ਸਮਝਦਾ ਕਿ ਮੇਰਾ ਬੇਟਾ ਇਹ ਮੇਰੇ ਘਰੇ ਹੋਇਆ, ਬਹੁਤ ਖੁਸ਼ੀ ਹੋਈ। ਰੰਗਲਾ ਟੀਵੀ ਲਈ ਹੁਸ਼ਿਆਰਪੁਰ ਤੋਂ ਬਲਜੀਤ ਸਿੱਖਾਣਾ ਦੀ ਰਿਪੋਰਟ।